ਬਨੂੜ ਦੇ ਸਮਾਜ ਸੇਵੀ ਨੌਜਵਾਨ ਬਿੱਟੂ ਕੰਬੋਜ ਜਿਸ ਦੁਆਰਾ ਅੰਮ੍ਰਿਤਸਰ ਹਜ਼ੂਰ ਸਾਹਿਬ ਹਵਾਈ ਜਹਾਜ਼ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਇਸ ਮੌਕੇ ਹਵਾਈ ਅਮਲੇ ਨੇ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰ ਦੀਆਂ ਹਦਾਇਤਾਂ ਦੀ ਜਲਦੀ ਪਾਲਣਾ ਕਰਨ ਬਾਰੇ ਕਿਹਾ ਹੈ। ਹਵਾਈ ਮਾਮਲੇ ਵੱਲੋਂ ਪ੍ਰਚਾਰ ਨਾ ਕਰਨ ਦੇ ਨਾਲ ਬਿੱਟੂ ਨੂੰ ਹਵਾਈ ਸਫ਼ਰ ਤੇ ਪਾਬੰਦੀ ਲਾਉਣ ਦੀ ਧਮਕੀ ਵੀ ਦਿੱਤੀ ਗਈ ਹੈ, ਪਰ ਜਹਾਜ਼ ਵਿੱਚ ਮੌਜੂਦ ਲੋਕਾਂ ਵੱਲੋਂ ਸਮਾਜ ਸੇਵੀ ਨੌਜਵਾਨ ਬਿੱਟੂ ਨਾਲ ਤਸਵੀਰਾਂ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਭੇਜੀਆਂ ਜਾ ਰਹੀਆਂ ਨੇ, ਪਰ ਸਰਕਾਰ ਦਾ ਵਤੀਰਾ ਕਿਸਾਨ ਦੇ ਵਿਰੁੱਧ ਚੱਲ ਰਿਹਾ ਹੈ। ਬਨੂੜ ਦੇ ਸਮਾਜ ਸੇਵੀ ਨੌਜਵਾਨ ਬਿੱਟੂ ਕੰਬੋਜ ਜਿਸ ਦੁਆਰਾ ਅੰਮ੍ਰਿਤਸਰ ਹਜ਼ੂਰ ਸਾਹਿਬ ਹਵਾਈ ਜਹਾਜ਼ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਇਸ ਮੌਕੇ ਹਵਾਈ ਅਮਲੇ ਨੇ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰ ਦੀਆਂ ਹਦਾਇਤਾਂ ਦੀ ਜਲਦੀ ਪਾਲਣਾ ਕਰਨ ਬਾਰੇ ਕਿਹਾ ਹੈ। ਹਵਾਈ ਮਾਮਲੇ ਵੱਲੋਂ ਪ੍ਰਚਾਰ ਨਾ ਕਰਨ ਦੇ ਨਾਲ ਬਿੱਟੂ ਨੂੰ ਹਵਾਈ ਸਫ਼ਰ ਤੇ ਪਾਬੰਦੀ ਲਾਉਣ ਦੀ ਧਮਕੀ ਵੀ ਦਿੱਤੀ ਗਈ ਹੈ, ਪਰ ਜਹਾਜ਼ ਵਿੱਚ ਮੌਜੂਦ ਲੋਕਾਂ ਵੱਲੋਂ ਸਮਾਜ ਸੇਵੀ ਨੌਜਵਾਨ ਬਿੱਟੂ ਨਾਲ ਤਸਵੀਰਾਂ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਭੇਜੀਆਂ ਜਾ ਰਹੀਆਂ ਨੇ, ਪਰ ਸਰਕਾਰ ਦਾ ਵਤੀਰਾ ਕਿਸਾਨ ਦੇ ਵਿਰੁੱਧ ਚੱਲ ਰਿਹਾ ਹੈ। ਬਨੂੜ ਦੇ ਸਮਾਜ ਸੇਵੀ ਨੌਜਵਾਨ ਬਿੱਟੂ ਕੰਬੋਜ ਜਿਸ ਦੁਆਰਾ ਅੰਮ੍ਰਿਤਸਰ ਹਜ਼ੂਰ ਸਾਹਿਬ ਹਵਾਈ ਜਹਾਜ਼ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਇਸ ਮੌਕੇ ਹਵਾਈ ਅਮਲੇ ਨੇ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰ ਦੀਆਂ ਹਦਾਇਤਾਂ ਦੀ ਜਲਦੀ ਪਾਲਣਾ ਕਰਨ ਬਾਰੇ ਕਿਹਾ ਹੈ। ਹਵਾਈ ਮਾਮਲੇ ਵੱਲੋਂ ਪ੍ਰਚਾਰ ਨਾ ਕਰਨ ਦੇ ਨਾਲ ਬਿੱਟੂ ਨੂੰ ਹਵਾਈ ਸਫ਼ਰ ਤੇ ਪਾਬੰਦੀ ਲਾਉਣ ਦੀ ਧਮਕੀ ਵੀ ਦਿੱਤੀ ਗਈ ਹੈ, ਪਰ ਜਹਾਜ਼ ਵਿੱਚ ਮੌਜੂਦ ਲੋਕਾਂ ਵੱਲੋਂ ਸਮਾਜ ਸੇਵੀ ਨੌਜਵਾਨ ਬਿੱਟੂ ਨਾਲ ਤਸਵੀਰਾਂ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਭੇਜੀਆਂ ਜਾ ਰਹੀਆਂ ਨੇ, ਪਰ ਸਰਕਾਰ ਦਾ ਵਤੀਰਾ ਕਿਸਾਨ ਦੇ ਵਿਰੁੱਧ ਚੱਲ ਰਿਹਾ ਹੈ।